ਸਭ ਤੋਂ ਪਹਿਲ ਦੇ ਆਧਾਰ ਦੇ ਉੱਤੇ ਸਾਡੀ ਹੁਣ MSP ਦੀ ਮੰਗ ਹੈ। ਕਿਉਂਕਿ 23 ਫਸਲਾਂ 'ਤੇ ਸਰਕਾਰ ਨੇ MSP ਜਿਹੜੀ ਆ ਉਹ ਐਲਾਨ ਕੀਤੀ ਆ, ਲੇਕਿਨ ਐਲਾਨ ਹੀ ਕੀਤੀ ਆ, ਚੁੱਕਦੀ ਕੁਛ ਨਹੀਂ। ਕਣਕ ਅਤੇ ਝੋਨਾ ਹੋਰ ਕਿਸੇ ਫਸਲ ਨੂੰ ਜਿਹੜੇ ਉਹ ਨਹੀਂ ਚੁੱਕ ਰਹੀ, ਉਹ ਵੀ ਪੰਜਾਬ, ਹਰਿਆਣਾ, ਕੁਛ ਦਿੱਲੀ ਦਾ, ਉੱਤਰ ਪ੍ਰਦੇਸ਼ ਦਾ ਏਰੀਆ। ਇਸ ਕਰਕੇ ਇਹ ਜਿਹੜੀ MSP ਦੀ ਮੰਗ ਆ ਇਹ ਇੰਨੀ ਜ਼ਰੂਰੀ ਆ ਕਿ ਇਹ ਕਿਸਾਨ ਦੇ ਜੀਵਨ ਅਤੇ ਮਰਨ ਦਾ ਸਵਾਲ ਹੈ, ਕਿਉਂਕਿ ਇਸ ਤੋਂ ਬਗੈਰ ਇਹ ਕਿਸਾਨ ਜਿੰਦਾ ਨਹੀਂ ਰਹਿ ਸਕਦਾ। ਇਹ ਸਰਕਾਰ ਨੇ ਇਹ ਗੱਲ ਕਹੀ ਆ ਵੀ ਤੁਸੀਂ ਬੱਸਾਂ ਰਾਹੀਂ ਜਾਂ ਟ੍ਰੇਨਾਂ ਰਾਹੀਂ ਆ ਜਾਓ। ਜੇ ਸਾਨੂੰ ਲੋੜ ਪਈ ਸਾਨੂੰ ਇੱਕ ਵਾਰੀ ਇਹ ਗੱਲ ਕਹਿ ਦਾਂ ਵੀ ਤੁਸੀਂ ਪੈਦਲ ਵੀ ਆ ਜਾਓ ਅਤੇ ਅਸੀਂ ਪੈਦਲ ਵੀ ਤੁਰ ਕੇ ਦਿੱਲੀ ਜਾਂਦੇ। ਮੇਰਾ ਨਾਮ ਹਰਜੀਤ ਸਿੰਘ ਜੀ, ਜ਼ਿਲ੍ਹਾ ਪ੍ਰਧਾਨ ਜਮਹੂਰੀ ਕਿਸਾਨ ਸਭਾ ਗੁਰਦਾਸਪੁਰ। ਤੁਸੀਂ ਚੱਲੇ ਹੋ, ਕਿਵੇਂ ਦੀ ਤਿਆਰੀਆਂ ਹੈਗੀਆਂ ਤੁਹਾਡੀਆਂ? ਤਿਆਰੀਆਂ ਤੁਸੀਂ ਬਸ ਥੋੜ੍ਹੇ ਮਿੰਟਾਂ ਤੱਕ ਦੇਖੋਗੇ ਵੀ ਇਸ ਤਰ੍ਹਾਂ ਦੇ ਜਿਹੜੇ ਆ ਕਾਫੀ ਜਥੇ ਜਿਹੜੇ ਇੱਥੇ ਆਉਣਗੇ। ਤਿਆਰੀਆਂ ਜਿਹੜੀਆਂ ਨੇ ਬਹੁਤ ਵੱਡੀ ਪੱਧਰ ਦੇ ਉੱਤੇ ਨੇ। ਇਹ ਦਿੱਲੀ ਦੀ ਜਿਹੜੀ ਰੈਲੀ ਆ ਇਹ ਇਤਿਹਾਸਕ ਰੈਲੀ ਹੋਏਗੀ, ਔਰ ਇਹ ਰੈਲੀ ਜਿਹੜੀ ਆ ਮੋਦੀ ਨੂੰ ਜਿਹੜੀ ਇੱਕ ਵੱਡੀ ਚੇਤਾਵਨੀ ਹੋਏਗੀ ਕਿ ਜਿਹਦੇ ਤੋਂ ਜਿਸ ਤਰ੍ਹਾਂ ਦਾ ਉਹਨੇ ਭਰਮ ਪਾਲਿਆ ਅਤੇ ਇਹ ਜਿਹੜਾ ਸਰਕਾਰੀ ਮੀਡੀਆ ਇਹ ਪ੍ਰਚਾਰ ਕਰ ਰਿਹਾ ਵੀ ਇਹ ਸਿਰਫ ਪੰਜਾਬ ਦਾ ਮਸਲਾ, ਪੰਜਾਬ ਦੇ ਕਿਸਾਨਾਂ ਦਾ ਮਸਲਾ। ਇਹ ਤੁਸੀਂ ਦੇਖੋਗੇ ਦਿੱਲੀ ਕੱਲ੍ਹ ਕਿ ਸਾਰੇ ਦੇਸ਼ ਭਰ ਦੇ ਵਿੱਚੋਂ ਜਿਹੜੇ ਆ ਲੱਖਾਂ ਕਿਸਾਨ ਜਿਹੜੇ ਉੱਥੇ ਪਹੁੰਚਣਗੇ। ਇਹ ਸਰਕਾਰ ਦੀ ਜਿਹੜੀ ਆ ਨੀਂਦ ਉਡਾ ਦੇਗੀ, ਔਰ ਸਾਡੀਆਂ ਜਿਹੜੀਆਂ ਮੰਗਾਂ ਨੇ ਜਿਨ੍ਹਾਂ ਨੂੰ ਸਰਕਾਰ ਵੀ ਜਿਹੜੀ ਆ ਰਾਏ ਬਗਾਏ ਜਾਇਜ਼ ਕਹਿੰਦੀ ਆ, ਲੇਕਿਨ ਉਹ ਕਈ ਕਾਰਨਾਂ ਕਰਕੇ ਉਹਨਾਂ ਦਾ ਜਿਹੜਾ ਐਲਾਨ ਨਹੀਂ ਕਰ ਰਹੀ, ਮੰਗ ਮੰਨ ਨਹੀਂ ਰਹੀ, ਅਤੇ ਉਹ ਜਿਹੜੀਆਂ ਨੇ ਮੰਗਾਂ ਉਹਨੂੰ ਅੱਜ ਨਹੀਂ ਤਾਂ ਕੱਲ੍ਹ, ਕੱਲ੍ਹ ਨਹੀਂ ਤਾਂ ਪਰਸੋਂ ਹੀ ਮੰਨਣੀਆਂ ਪੈਣਗੀਆਂ। ਤਿਆਰੀਆਂ ਦਾ ਜਿਹੜਾ ਜੋ ਜਲਾਲ ਆ ਉਹ ਆ ਸਟੇਸ਼ਨ 'ਤੇ ਵੇਖ ਲਓ। ਇਹ ਸਾਡਾ ਜੇ ਥੋੜ੍ਹਾ ਜਿਹਾ ਏਰੀਆ ਆ ਅਤੇ ਬਹੁਤ ਵੱਡੀ ਗਿਣਤੀ ਦੇ ਕਿਸਾਨ ਜਿਹੜੇ ਆ ਉਹ ਆ ਰਹੇ ਆ, ਬੜਾ ਉਤਸ਼ਾਹ ਆ ਕਿਸਾਨਾਂ ਦੇ ਵਿੱਚ। ਅਤੇ ਨਾਲ ਦੀ ਨਾਲ ਹੀ ਇਹ ਵੀ ਆ ਵੀ ਇਸ ਰੈਲੀ ਤੋਂ ਬਾਅਦ ਜਿਹੜਾ ਵੀ ਸੰਯੁਕਤ ਕਿਸਾਨ ਮੋਰਚਾ ਜਿਹਦੇ ਵਿੱਚ ਤਕਰੀਬਨ 125 ਜਥੇਬੰਦੀ ਜਿਹੜੀ ਆ ਪੂਰੇ ਦੇਸ਼ ਦੀ ਜਿਹੜੀ ਉਹਦੇ ਵਿੱਚ ਸ਼ਾਮਿਲ ਆ, ਇਹ ਉਹਦੇ ਵੱਲੋਂ ਸੱਦਾ ਹੈ। ਅਤੇ ਇਹ ਸੱਦਾ ਆਉਣ ਵਾਲੇ ਸਮੇਂ ਦੇ ਵਿੱਚ ਇਹ ਮੋਦੀ ਦੀ ਜਿਹੜੀ ਆ ਜਿਹੜਾ ਉਹ ਸਟੰਟ ਕਰ ਰਿਹਾ, ਕਿਸਾਨਾਂ ਨੂੰ ਬਦਨਾਮ ਕਰਦਾ, ਕਿਸਾਨਾਂ ਨੂੰ ਮਜ਼ਦੂਰਾਂ ਨਾਲੋਂ, ਦੁਕਾਨਦਾਰਾਂ ਨੂੰ ਨਿਖੇੜਨ ਦਾ, ਜਿਹੜੀ ਇਹ ਲਹਿਰ ਪੂਰੇ ਦੇਸ਼ ਦੇ ਵਿੱਚ ਕਾਰਪੋਰੇਟ ਦੇ ਖਿਲਾਫ ਜਿਹੜੀ ਬਣ ਰਹੀ ਆ ਉਹਨੂੰ ਤੋੜਨ ਦਾ ਯਤਨ ਕਰ ਰਿਹਾ। ਇਹ ਲਹਿਰ ਜਿਹੜੀ ਅੱਗੇ ਨਾਲੋਂ ਕਈ ਗੁਣਾ ਵੱਧ ਮਜ਼ਬੂਤ ਆ। ਜਿਨ੍ਹਾਂ ਜਿਨ੍ਹਾਂ ਇਲਾਕਿਆਂ 'ਚੋਂ ਆਏ ਹਾਂ ਉਹਨਾਂ ਇਲਾਕਿਆਂ 'ਚ ਪਿਛਲੇ ਅੰਦੋਲਨ ਦੇ ਨਾਲੋਂ ਕਈ ਗੁਣਾ ਜਿਹੜਾ ਵੱਧ ਉਤਸ਼ਾਹ ਪਾਇਆ ਜਾ ਰਿਹਾ, ਅਤੇ ਕਈ ਗੁਣਾ ਜਿਹੜੀ ਸ਼ਕਤੀ ਆ ਇਹ ਕਿਸਾਨਾਂ ਦੀ ਵੱਧ ਆ। ਸਭ ਤੋਂ ਪਹਿਲ ਦੇ ਆਧਾਰ ਦੇ ਉੱਤੇ ਸਾਡੀ ਹੁਣ MSP ਦੀ ਮੰਗ ਆ, ਕਿਉਂਕਿ 23 ਫਸਲਾਂ 'ਤੇ ਸਰਕਾਰ ਨੇ MSP ਜਿਹੜੀ ਆ ਉਹ ਐਲਾਨ ਕੀਤੀ ਆ, ਲੇਕਿਨ ਐਲਾਨ ਹੀ ਕੀਤੀ ਆ, ਚੁੱਕਦੀ ਕੁਛ ਨਹੀਂ। ਉਹ 'ਚ ਦੋ ਫਸਲਾਂ ਜਿਹੜੀਆਂ ਨੇ ਚੁੱਕੀਆਂ ਜਾ ਰਹੀਆਂ, ਕਣਕ ਅਤੇ ਝੋਨਾ। ਹੋਰ ਕਿਸੇ ਫਸਲ ਨੂੰ ਜਿਹੜੇ ਉਹ ਨਹੀਂ ਚੁੱਕ ਰਹੀ, ਉਹ ਵੀ ਪੰਜਾਬ, ਹਰਿਆਣਾ, ਕੁਛ ਦਿੱਲੀ ਦਾ, ਉੱਤਰ ਪ੍ਰਦੇਸ਼ ਦਾ ਏਰੀਆ ਉੱਥੋਂ ਚੁੱਕ ਰਹੀ ਆ, ਬਾਕੀ ਦੇਸ਼ ਦੇ ਵਿੱਚ ਇਸ ਤਰ੍ਹਾਂ ਨਹੀਂ ਹੈ। ਇਸ ਕਰਕੇ ਇਹ ਜਿਹੜੀ MSP ਦੀ ਮੰਗ ਆ ਇਹ ਇੰਨੀ ਜ਼ਰੂਰੀ ਆ ਵੀ ਇਹ ਕਿਸਾਨ ਦੇ ਜੀਵਨ ਅਤੇ ਮਰਨ ਦਾ ਸਵਾਲ ਹੈ, ਕਿਉਂਕਿ ਇਸ ਤੋਂ ਬਗੈਰ ਇਹ ਕਿਸਾਨ ਜਿੰਦਾ ਨਹੀਂ ਰਹਿ ਸਕਦਾ। ਕਿਉਂਕਿ ਤੁਸੀਂ ਆਪ ਹੀ ਦੇਖਦੇ ਹੋ ਕਿ ਇਹ ਕਿਸਾਨ ਵੀ ਲੁੱਟਿਆ ਜਾਂਦਾ ਅਤੇ ਜਿਹੜਾ ਇਹਨੂੰ ਇਹ ਚੀਜ਼ਾਂ ਦੀ ਖਪਤ ਕਰਦਾ ਉਹ ਵੀ ਲੁੱਟਿਆ ਜਾਂਦਾ।
ਜਦੋਂ ਫਸਲ ਹੁੰਦੀ ਆ ਉਦੋਂ ਉਹਦਾ ਰੇਟ ਜਿਹੜਾ ਨਿਗੂਣਾ ਹੁੰਦਾ, ਜਦੋਂ ਬਾਜ਼ਾਰ 'ਚ ਵਿਕਦੀ ਆ, ਜਦੋਂ ਕਿਸੇ ਨੂੰ ਖਰੀਦਣ ਲਈ ਘਰ ਖਰੀਦ ਕੇ ਲੈ ਕੇ ਜਾਂਦਾ, ਉਦੋਂ ਜਿਹੜੀ 5 ਰੁਪਏ ਦੀ ਜਿਹੜੀ ਚੀਜ਼ ਆ ਉਸ ਨੂੰ 50 ਰੁਪਏ 100 ਰੁਪਏ ਦੇ ਵਿੱਚ ਜਿਹੜੀ ਉਹ ਮਿਲਦੀ ਆ। ਇਸ ਕਰਕੇ ਦੋਵੇਂ ਹੱਥੀਂ ਜਿਹੜਾ ਕਾਰਪੋਰੇਟ ਸਾਨੂੰ ਜਿਹੜਾ ਲੁੱਟ ਰਿਹਾ, ਇਹ ਜਿਹੜਾ ਗੈਪ ਆ ਇਹ ਤਾਂ ਹੀ ਘਟਦਾ ਵੀ ਜੇ MSP ਹੋਵੇ ਅਤੇ ਹਰ ਬੰਦੇ ਨੂੰ ਪਤਾ ਹੋਵੇ ਵੀ ਇਸ ਚੀਜ਼ ਦਾ ਆਹ ਮੁੱਲ ਨੂੰ ਇਹਨਾਂ ਨੇ ਖਰੀਦੀ ਆ, ਅਤੇ ਥੋੜ੍ਹੇ ਵਰਕ ਦੇ ਨਾਲ ਜਿਹੜੀ ਆ ਆਪਣਾ ਦੇ ਨਾਲ ਉਹ ਜਿਹੜੀ ਆ ਉਹਨੂੰ ਕਹਿ ਸਕਦਾ, ਦਬਾਅ ਪਾ ਸਕਦਾ ਵੀ ਤੂੰ ਤਾਂ ਭਈ 20 ਰੁਪਏ ਦੀ ਚੀਜ਼ ਜਿਹੜੀ ਖਰੀਦੀ ਆ ਅਤੇ ਤੂੰ 25 ਲਾ ਲਿਆ, 30 ਲਾ ਲਾ, ਉਹ 100 ਰੁਪਇਆ ਨਹੀਂ ਲਾ ਸਕਦਾ। ਇਸ ਕਰਕੇ ਦੋਨਾਂ ਨੂੰ ਹੀ, ਖਪਤਕਾਰ ਨੂੰ ਵੀ ਅਤੇ ਕਿਸਾਨ ਨੂੰ ਵੀ MSP ਦੇ ਨਾਲ ਜਿਹੜਾ ਉਹ ਫਾਇਦਾ ਹੋਏਗਾ ਅਤੇ ਉਹ ਕਿਸਾਨ ਦਾ ਵੀ ਜਿਹੜਾ ਜੀਵਨ ਜਿਹੜਾ ਉੱਚਾ ਚੁੱਕਿਆ ਜਾਏ। ਅਤੇ ਪਿੰਡ ਦਾ ਮੈਂ ਪ੍ਰਧਾਨ ਹਾਂ। ਇਹ ਸਰਕਾਰ ਨੇ ਇਹ ਗੱਲ ਕਹੀ ਆ ਵੀ ਤੁਸੀਂ ਬੱਸਾਂ ਰਾਹੀਂ ਜਾਂ ਟ੍ਰੇਨਾਂ ਰਾਹੀਂ ਆ ਜਾਓ। ਜੇ ਸਾਨੂੰ ਲੋੜ ਪਈ, ਸਾਨੂੰ ਇੱਕ ਵਾਰੀ ਇਹ ਗੱਲ ਕਹਿ ਦਾਂ ਵੀ ਤੁਸੀਂ ਪੈਦਲ ਵੀ ਆ ਜਾਓ ਅਤੇ ਅਸੀਂ ਪੈਦਲ ਵੀ ਤੁਰ ਕੇ ਦਿੱਲੀ ਜਾਵਾਂਗੇ। ਇਹ ਸਰਕਾਰ ਮਤ ਸੋਚਿਆ ਵੀ ਜੇ ਬੱਸਾਂ ਰਾਹੀਂ ਨਹੀਂ ਆ ਸਕਦੇ, ਟ੍ਰੇਨਾਂ ਰਾਹੀਂ ਨਹੀਂ ਆ ਸਕਦੇ, ਅਸੀਂ ਹਰ ਤਰ੍ਹਾਂ ਆ ਸਕਦੇ ਹਾਂ ਔਰ ਜਾਵਾਂਗੇ। ਸਾਨੂੰ ਬੱਸਾਂ ਰਾਹੀਂ ਗਿਆ ਤਾਂ ਬੱਸਾਂ ਰਾਹੀਂ ਹੁਣ ਚੱਲਿਆ, ਟ੍ਰੇਨਾਂ ਰਾਹੀਂ ਚੱਲਿਆ। ਇਹ ਕਰਕੇ ਅਸੀਂ ਇਹ ਸਰਕਾਰ ਨੂੰ ਬੇਨਤੀ ਕਰਦੇ ਹਾਂ ਵੀ ਡੁੱਲੇ ਬੇਰਾਂ ਦਾ ਕੁਝ ਨਹੀਂ ਵਿਗੜਿਆ, ਜੇ ਝੋਲ 'ਚ ਪਾ ਲਈਏ ਤਾਂ ਕੋਈ ਗੱਲ ਨਹੀਂ, ਅਤੇ ਸਵੇਰ ਦਾ ਭੁੱਲਿਆ ਸ਼ਾਮਾਂ ਨੂੰ ਘਰ ਆ ਜਿਹਨੂੰ ਭੁੱਲਿਆ ਨਹੀਂ ਗਿਣਦੇ। ਅਸੀਂ ਇਹ ਸਰਕਾਰ ਨੂੰ ਬੇਨਤੀ ਕਰਦੇ ਹਾਂ ਵੀ ਉਹਨੂੰ ਮੰਨ ਜਾਣਾ ਚਾਹੀਦਾ, ਕਿਸਾਨਾਂ ਦੇ ਹੱਕ ਉਹਨਾਂ ਨੂੰ ਦੇ ਦੇਣੇ ਚਾਹੀਦੇ ਨੇ ਕਿਉਂਕਿ ਇਹਨੇ ਕਿਸਾਨਾਂ ਨੂੰ ਤੰਗ ਨਾ ਕਰਨੇ। ਇਸ ਕਰਕੇ ਇਹੋ ਹੀ ਸਾਡੀ ਬੇਨਤੀ ਆ ਕਿ ਕਿਸਾਨਾਂ ਦੇ ਹੱਕ ਕਿਸਾਨਾਂ ਨੂੰ ਦਿੱਤੇ ਜਾਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰਾ ਨਾਮ ਗੁਰਿੰਦਰਪਾਲ ਸਿੰਘ ਹੈ ਜੀ, ਮੈਂ ਕਲਾਨੌਰ ਤੋਂ। ਅੱਜ ਕਿਵੇਂ ਦੇਖਦੇ ਹੋ ਕਿਸਾਨ ਦੀ ਜਿਹੜੀ ਜਾਣਾ ਅਭੇ ਤੇ ਜਾਣਾ ਜਾਂ ਦਿੱਲੀ ਜਾਣਾ ਕਿਸਾਨ? ਦੇਖੋ ਜੀ, ਇਹ ਸੌਖਾ ਬੰਦਾ ਕੋਈ ਨਹੀਂ ਜਾਂਦਾ, ਦੁਖੀ ਹੋ ਕੇ ਜਾਂਦਾ ਇਹਨਾਂ ਸਰਕਾਰਾਂ ਤੋਂ। ਕਿਸੇ ਨੂੰ ਚਾਅ ਨਹੀਂ ਗਾ ਕਿ ਉਹ ਸੜਕਾਂ 'ਤੇ ਜਾਂ ਇਹ ਸਫ਼ਰ ਕਰੇ ਇੰਨਾ ਜਾਂ ਕਿਤੇ ਵੀ ਜਾਏ। ਇਹ ਸਾਡੀ ਮਜਬੂਰੀ ਆ ਕਿ ਅਸੀਂ ਇਹ ਇਹਨਾਂ ਸਰਕਾਰਾਂ ਨੇ ਸਾਨੂੰ ਇਸ ਬੰਨੇ ਝੋਕਿਆ ਕਿ ਤੁਸੀਂ ਇਹ ਬਸ ਸੜਕਾਂ 'ਤੇ ਰੁਲੋ ਅਤੇ ਅਸੀਂ ਤੁਹਾਡੀ ਕੋਈ ਗੱਲ ਮੰਨਣੀ ਨਹੀਂ। ਜਦੋਂ ਅਸੀਂ ਉੱਥੋਂ ਉੱਠ ਕੇ ਇਹ ਉਦੋਂ ਇਹਨਾਂ ਨੇ ਕਿਹਾ ਸੀ ਕਮੇਟੀ ਬਣਾ ਦਿੰਦੇ ਹਾਂ ਅਤੇ ਆਪਣਾ ਤੁਹਾਡੀਆਂ ਮੰਗਾਂ ਜਿਹੜੀਆਂ ਮੰਨ ਲਈਆਂ ਜਾਣਗੀਆਂ, ਪਰ ਅੱਜ ਤੱਕ ਉਹਨਾਂ ਨੇ ਮੰਨੀਆਂ ਨਹੀਂ ਸਾਡੀਆਂ ਪੂਰੀਆਂ ਗੱਲਾਂ। ਉਹ ਤਾਂ ਜਿਹੜਾ ਕਾਨੂੰਨ ਸੀਗੇ ਜਿਹੜੇ ਉਹਨਾਂ ਵਾਪਸ ਲੈ ਲਏ, ਪਰ ਜਿਹੜੀ MSP ਦੀ ਗੱਲ ਸੀਗੀ ਹੋਰ ਫਸਲਾਂ 'ਤੇ ਉਹਨਾਂ ਅਜੇ ਤੱਕ ਨਹੀਂ ਸਾਨੂੰ ਦਿੱਤੀ। ਸਾਨੂੰ ਸਾਡੀ ਮਜਬੂਰੀ ਆ ਕਿ ਅਸੀਂ ਦਿੱਲੀ ਤੱਕ ਸਾਨੂੰ ਜਾਣਾ ਪੈ ਰਿਹਾ, ਕੋਈ ਸ਼ੌਂਕ ਨਹੀਂ ਸਾਨੂੰ ਘਰ ਛੱਡਣ ਦਾ, ਕੋਈ ਛੱਡ ਕੇ ਦੱਸੇ ਘਰ ਕੁਛ ਦਿਹਾੜੀ ਨਹੀਂ, ਇੱਕ ਮਿੰਟ ਨਹੀਂ ਕੋਈ ਇੱਧਰ ਉੱਧਰ ਹੁੰਦਾ। ਪਰ ਆਪਾਂ ਸਾਨੂੰ ਜੇ ਲੋੜ ਪਈ ਜਿੰਨੀ ਦੇਰ ਵੀ ਉਹ ਭਾਲਣੀਆਂ ਅਸੀਂ ਬਹਿ ਵੀ ਸਕਦੇ ਹਾਂ। ਜੇ ਪਹਿਲਾਂ ਸਾਲ ਬੈਠੇ ਰਹੇ ਹਾਂ ਤਾਂ ਹੁਣ ਕੀ ਫਰਕ ਪੈਣਗਾ, ਹੁਣ ਵੀ ਜਾਵਾਂਗੇ। ਸਾਡੀ ਮਜਬੂਰੀ ਆ, ਕੋਈ ਸ਼ੌਂਕ ਨਹੀਂ ਗਾ, ਪਰ ਅਸੀਂ ਜਿੱਤ ਚਾਹੁੰਦੇ ਹਾਂ। ਸਾਡੀ ਜਿਹੜੀ ਜਿੱਤ ਸਾਡੀ ਮਜਬੂਰ ਸਾਨੂੰ ਜਿਹੜਾ ਸਾਨੂੰ ਇਹ ਵੀ ਗੱਲ ਆ ਵੀ ਸਾਡੇ ਨਾਲ ਕਿਸਾਨ ਨੇ ਅਤੇ ਮਜ਼ਦੂਰ ਵੀ ਸਾਡੇ ਨਾਲ ਨੇ, ਦੁਕਾਨਦਾਰ ਵੀ ਨੇ ਸਾਡੇ ਨਾਲ, ਅਤੇ ਆਪਾਂ ਹਰ ਹਾਲੇ ਹੇਲੇ ਜਿਹੜਾ ਵਾ ਜਿੱਤ ਪ੍ਰਾਪਤ ਕਰਾਂਗੇ। ਆਪਣਾ ਨਾਮ ਦੱਸ ਜੀ। ਸੁਲੱਖਣ ਸਿੰਘ ਜੀ। ਅੱਛਾ ਸੁਲੱਖਣ ਸਿੰਘ ਜੀ, ਤੁਸੀਂ ਦਿੱਲੀ ਚੱਲੇ ਹੋ, ਬੈਚ ਵੀ ਲੱਗਾ, ਬੈਗ ਵੀ ਮੋਢੇ ਮਾਰ ਲਿਆ, ਹਾਂਜੀ, ਕਿੱਦਾਂ ਦੀ ਤਿਆਰੀ ਹੈਗੀ ਹੈ? ਤਿਆਰੀ ਅਸੀਂ ਉਹ ਜਿਹੜਾ ਆਪਣਾ ਮੀਟਿੰਗ ਹੋ ਰਹੀ ਆ, ਮਹਾਂਪੰਚਾਇਤ ਮੀਟਿੰਗ ਜਿਹੜੀ ਹੋ ਰਹੀ ਆ, ਉਹਦੇ ਬਾਰੇ ਚੱਲ ਰਹੇ ਹਾਂ। ਸਾਨੂੰ ਕਾਲ ਆਈ ਸੀ ਅਤੇ ਆਪਣਾ ਰਾਜੇਵਾਲ, ਉਹਨਾਂ ਵੱਲੋਂ ਅਸੀਂ ਕਾਲ ਦੇ ਵਿੱਚ ਅਸੀਂ ਜਾ ਰਹੇ ਹਾਂ ਵੀ ਜਿੱਦਾਂ ਵੀ ਉਹ ਕਹਿਣਗੇ ਉਸ ਤਰ੍ਹਾਂ ਅਸੀਂ ਜਾਣਾ, ਉਹਦੇ ਵਿੱਚ ਸ਼ਾਮਿਲ ਹੋਣਾ ਅਸੀਂ ਬੇਈਮਾਨ ਹੋਣ ਡਈ ਆ। ਹੁਣ ਕਹਿੰਦੇ ਸੀ ਵੀ ਤੁਸੀਂ ਦਿੱਲੀ ਨਹੀਂ ਆਉਣਾ ਤੇ ਟਰੱਕਾਂ ਟਰੈਂਟਾਂ ਲਈ ਨਹੀਂ ਆਉਣਾ, ਅਸੀਂ ਆਖਿਆ ਅਸੀਂ ਬੱਸਾਂ ਤੇ ਜਾਵਾਂਗੇ, ਗੱਡੀਆਂ ਤੇ ਜਾਵਾਂਗੇ, ਅਸੀਂ ਉੱਥੇ ਜਾ ਕੇ ਜਾਣਾ ਹੀ ਜਾਣਾ ਵਾ, ਜਿੱਦਾਂ ਵੀ ਹੋ ਸਕਿਆ ਉਸ ਤਰ੍ਹਾਂ ਹੀ ਜਾਓ। ਜੇ ਕੋਈ ਸਾਨੂੰ ਅਟਕਣਾ ਪੈਂਦੀ ਅਸੀਂ ਉਹ ਕਿਹੜੇ ਮੱਥੇ ਅਸੀਂ ਉਹਨੇ ਝੱਲਾਂਗੇ, ਜੋ ਵੀ ਦੁੱਖ ਪਾਵੇ ਜਾਂ ਤਕਲੀਫ ਆਵੇ ਕੁਛ ਵੀ ਆਏ, ਭੁੱਖੇ ਰਹਿ ਕੇ ਵੀ ਅਸੀਂ ਉਹ ਤੇ ਸੰਗਤ ਵਿੱਚ ਜਾਣਾ ਹੀ ਜਾਣਾ।
ਇਹ ਨਹੀਂ ਵੀ ਇਸੇ ਲੰਗਰ ਲੈ ਕੇ ਜਾਣਾ ਵਾ, ਲੰਗਰ ਮਿਲ ਗਿਆ ਜਾਂ ਨਹੀਂ ਮਿਲ ਗਿਆ ਜਾਂ ਲੈ ਕੇ ਜਾਣਾ ਨਹੀਂ, ਉਹਦੀ ਕੋਈ ਲੰਗਰ ਨਹੀਂ, ਉਹ ਕੋਈ ਨਹੀਂ। ਉਹ ਕੇ ਵੀ ਲੈ ਕੇ ਅਸੀਂ ਉਹ ਟਾਈਮ ਜਿਹੜਾ ਅਸੀਂ ਕੱਢ ਕੇ ਆਉਣਾ ਹੈ, ਜਿੰਨਾ ਚਿਰ ਸਾਡੀਆਂ ਗੱਲਾਂ ਨਾ ਮੰਗੀਆਂ ਮੰਨੇ ਅਸੀਂ ਉੱਥੇ ਤੱਕ ਰਹਾਂਗੇ। ਅੰਦੋਲਨ ਵੀ ਬੜਾ ਲੰਬਾ ਚੱਲਿਆ ਸੀ, ਅੱਜ ਵੀ ਇੱਕ ਮਹਾਂ ਪੰਚਾਇਤ ਨਹੀਂ ਚੱਲੇ, ਲੱਗਦਾ ਕਿ ਅੱਗੇ ਹੋਰ ਸਮਾਂ ਜੇ ਵੱਧ ਗਿਆ ਤੇ ਇੱਥੇ ਰਹਿਣਾ ਪਿਆ ਤੇ ਕਿਵੇਂ ਰਹਾਂਗੇ? ਰਹਾਂਗੇ, ਲੜਾਂਗੇ, ਅਸੀਂ ਹੱਕ ਸੱਚ ਵਾਸਤੇ ਲੜਨਾ ਹੈ। ਇਹ ਨਹੀਂ ਵੀ ਜਿਹੜੇ ਸਾਰਾ ਜਿਹੜਾ ਇਹ ਖੇਤੀ ਦਾ ਸਾਰਾ ਚੱਲ, ਖੇਤੀ ਦੇ ਉੱਤੇ ਸਾਰੀ ਵਪਾਰ ਚੱਲਦੇ ਨੇ, ਖੇਤੀ ਸਭ ਕੁਝ ਚੱਲਦਾ ਹੈ, ਤੇ ਜੇ ਉਹਨਾਂ ਨੂੰ ਸਾਨੂੰ ਇਹ ਮਾਰੂ ਨੀਤੀਆਂ ਵਰਤਣ ਡਈ ਹੈ, ਇਹ ਨਹੀਂ ਵਰਤਣੀਆਂ ਚਾਹੀਦੀਆਂ ਨੂੰ, ਸਰਕਾਰ ਨੂੰ ਸਮਝਿਆ ਹੁਣ ਕਰਨੀ ਚਾਹੀਦੀ ਹੈ ਵੀ ਇਹ ਸਮਝ ਨਹੀਂ, ਇਹ ਵਰਤੀਰਾ ਨਹੀਂ ਵਰਤਣਾ ਚਾਹੀਦਾ। ਸਾਡੇ ਤੋਂ ਹੁਣ ਜੇ ਕਿਸਾਨ ਗਏ ਨੇ, ਉਹਨਾਂ ਨੂੰ ਉਹਨਾਂ ਨੇ ਲਾਠੀਚਾਰਜ ਵੀ ਕੀਤਾ ਹੈ, ਅਸਰ ਗੈਸ ਵੀ ਛੁੱਟੇ ਨੇ, ਕਈ ਸਾਡੇ ਸ਼ਹੀਦ ਵੀ ਹੋ ਗਏ ਨੇ, ਅਤੇ ਉਹ ਜਿਹੜਾ ਲਖਵੀਰ ਲਖੀ ਅਤੇ ਉੱਥੇ ਵੀ ਚਾਰੇ ਕਾਂਡ ਸਾਡਾ ਹੋਇਆ, ਸਾਡੇ ਸਿੰਘ ਸ਼ਹੀਦ ਹੋਏ ਨੇ, ਉਹਨਾਂ ਬਾਰੇ ਵੀ ਅਸੀਂ ਕਹਿੰਦੇ ਹਾਂ ਵੀ ਉਹਨਾਂ ਨੂੰ ਇਨਸਾਫ ਮਿਲਣਾ ਚਾਹੀਦਾ, ਜੇ ਕਾਲੇ ਕਾਨੂੰਨ ਨੇ ਉਹ ਬਿਲਕੁਲ ਸਾਨੂੰ ਲਿਖਤੀ ਰੂਪ ਦੇ ਵਿੱਚ ਦਿੱਤੇ ਜਾਣ, ਅਸੀਂ ਫਿਰ ਆ ਵੀ ਕਿਉਂਕਿ ਅਸੀਂ ਆਪਣੇ ਵਾਸਤੇ ਨਹੀਂ, ਸਾਰਿਆਂ ਵਾਸਤੇ ਆਕਾਸ਼ ਹੈ, ਇੱਥੇ ਦੁਕਾਨਦਾਰ ਵੀ ਇਹਦੇ ਵਿੱਚ ਆ, ਸਾਰਾ ਕੁਛ ਇਹਦੇ ਵਿੱਚ ਆਉਂਦਾ।